ਪਿਆਰੇ ਵਿਦਿਆਰਥੀਓ ਸਵਾਗਤ ਕਰਦਾ ਇਸ ਵੀਡੀਓ ਕਲਿੱਪ ਵਿੱਚ ਤੁਹਾਡਾ ETT ਫਸਟ ਈਅਰ 1921 ਦਾ ਸਬਜੈਕਟ ਸਮਕਾਲੀਨ ਭਾਰਤੀ ਸਮਾਜ ਬਾਰੇ ਅੱਜ ਆਪਾਂ ਪੜਾਂਗੇ। ਸਮਕਾਲੀਨ ਭਾਰਤੀ ਸਮਾਜ ਸਬਜੈਕਟ ਦਾ ਆਪਣਾ 4th ਯੂਨਿਟ ਚੱਲ ਰਿਹਾ ਸੀ, ਜਿਸ ਵਿੱਚ ਲਾਸਟ ਟੌਪਿਕ ਡਿਸਕਸ ਕਰਨ ਵਾਲਾ ਰਹਿ ਗਿਆ ਸੀ। ਲਾਸਟ ਯੂਨਿਟ ਵਿੱਚ ਕੁਐਸਚਨ ਚੱਲ ਰਿਹਾ ਸੀ ਆਰਥਿਕ ਵਿਕਾਸ ਤੋਂ ਕੀ ਭਾਵ ਹੈ, ਵਾਤਾਵਰਣ ਦੇ ਸੰਬੰਧ ਬਾਰੇ ਚਰਚਾ ਕਰੋ। ਆਰਥਿਕ ਵਿਕਾਸ ਤੋਂ ਕੀ ਭਾਵ ਹੈ, ਵਾਤਾਵਰਣ ਦੇ ਸੰਬੰਧ ਬਾਰੇ ਚਰਚਾ ਕਰੋ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਆਰਥਿਕ ਵਿਕਾਸ ਕੀ ਹੁੰਦਾ ਹੈ। ਜੋ ਆਰਥਿਕ ਵਿਕਾਸ ਹੋ ਜਾਣ ਤੋਂ ਬਾਅਦ ਆਪਣੇ ਵਾਤਾਵਰਣ ਉੱਪਰ ਉਸਦੇ ਕੀ ਪ੍ਰਭਾਵ ਪੈਂਦੇ ਨੇ, ਚਾਹੇ ਉਹ ਪ੍ਰਭਾਵ ਚੰਗੇ ਹੋਣ ਚਾਹੇ ਮਾੜੇ ਹੋਣ, ਇਸ ਸੰਬੰਧੀ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਰਥਿਕ ਵਿਕਾਸ ਤੋਂ ਕੀ ਭਾਵ ਹੈ। ਆਰਥਿਕ ਵਿਕਾਸ ਦਾ ਅਰਥ ਹੈ ਕਿ ਉਸ ਦੇਸ਼ ਦੀ ਕੌਮੀ ਪੂੰਜੀ ਕਿੰਨੀ ਵੱਧ ਰਹੀ ਹੈ, ਜਾਂ ਉਸ ਦੇਸ਼ ਦੀ ਜਿਹੜੀ ਆਮਦਨ ਹੈ ਉਹ ਕਿਸ ਤਰੀਕੇ ਨਾਲ ਵੱਧ ਰਹੀ ਹੈ। ਇਸ ਤਰੀਕੇ ਨਾਲ ਦੇਖਿਆ ਜਾਂਦਾ ਹੈ ਕਿ ਉਹ ਕਿਹੜੇ ਸਰੋਤ ਨੇ ਜਿਹੜੇ ਸਰੋਤਾਂ ਰਾਹੀਂ ਆਪਣੇ ਭਾਰਤ ਦੇਸ਼ ਦੀ ਜਿਹੜੀ ਆਮਦਨ ਹੈ ਉਹ ਵਧੀਆ ਤਰੀਕੇ ਨਾਲ ਵੱਧ ਰਹੀ ਹੈ। ਕਿਸੇ ਵੀ ਦੇਸ਼ ਨੂੰ ਦੇਖਣਾ ਹੋਵੇ ਕਿ ਉਹ ਦੇਸ਼ ਕਿੰਨਾ ਅਮੀਰ ਹੈ, ਤਾਂ ਉਸ ਦੇਸ਼ ਦੀ ਆਮਦਨ ਦੇ ਨਾਲ ਉਸ ਦੇਸ਼ ਨੂੰ ਜਾਂਚਿਆ ਜਾਂਦਾ ਹੈ ਕਿ ਉਸ ਵਿੱਚ ਉਸ ਦੇਸ਼ ਦੇ ਕਿਹੜੇ ਆਮਦਨ ਦੇ ਸਰੋਤ ਨੇ, ਜਿਨ੍ਹਾਂ ਸਰੋਤਾਂ ਰਾਹੀਂ ਉਸ ਦੇਸ਼ ਦੀ ਆਮਦਨ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ। ਇਹਨਾਂ ਤਰੀਕਿਆਂ ਨਾਲ ਉਸ ਦੇਸ਼ ਨੂੰ ਦੇਖਿਆ ਜਾਂਦਾ ਹੈ। ਜੇਕਰ ਗੱਲ ਕਰੀਏ 1947 ਈਸਵੀ ਤੋਂ ਪਹਿਲਾਂ, ਤਾਂ ਉਸ ਸਮੇਂ ਜਿਹੜੀ ਆਪਣੀ ਆਮਦਨ ਦੇ ਸਾਧਨ ਸਨ ਬਿਲਕੁਲ ਹੀ ਘੱਟ ਤਰੀਕੇ ਦੇ ਸਨ। ਆਰਥਿਕ ਵਿਕਾਸ ਬਿਲਕੁਲ ਹੀ ਧੀਮੀ ਗਤੀ ਨਾਲ ਅੱਗੇ ਵੱਧ ਰਿਹਾ ਸੀ, ਕਿਉਂਕਿ ਉਸ ਸਮੇਂ ਨਾ ਤਾਂ ਜ਼ਮੀਨਾਂ ਵਧੀਆ ਤਰੀਕੇ ਨਾਲ ਉਪਜਾਊ ਸਨ, ਕਿਉਂਕਿ ਉਸ ਸਮੇਂ ਨਾ ਤਾਂ ਕੋਈ ਟਰੈਕਟਰ ਸਨ, ਨਾ ਵਧੀਆ ਤਰੀਕੇ ਦੇ ਬੀਜ ਆ ਰਹੇ ਸਨ ਕਿਸੇ ਤਰ੍ਹਾਂ ਦੇ, ਨਾ ਨਹਿਰਾਂ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਸੀ, ਤਾਂ ਜਿਸ ਕਾਰਨ ਆਰਥਿਕ ਵਿਕਾਸ ਬਹੁਤ ਹੀ ਧੀਮੀ ਗਤੀ ਨਾਲ ਚੱਲਦਾ ਸੀ। ਪਰ ਜਿਵੇਂ ਜਿਵੇਂ 1947 ਈਸਵੀ ਤੋਂ ਬਾਅਦ ਭਾਰਤ ਦੇਸ਼ ਆਜ਼ਾਦ ਹੋਇਆ, ਤਾਂ ਦੇਸ਼ ਨੇ ਹੌਲੀ ਹੌਲੀ ਆਰਥਿਕ ਵਿਕਾਸ ਦੇ ਉੱਪਰ ਜਾਣਾ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਆਰਥਿਕ ਵਿਕਾਸ ਦੇ ਉੱਪਰ ਜਾਣਾ ਸ਼ੁਰੂ ਕਰ ਦਿੱਤਾ, ਤਾਂ ਜਿਹੜਾ ਦੇਸ਼ ਦੀ ਆਮਦਨ ਹੈ ਉਸ ਵਿੱਚ ਬਹੁਤ ਵਧੀਆ ਤਰੀਕੇ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ। ਆਮਦਨ ਦੇ ਸਾਧਨ ਇਸ ਤਰ੍ਹਾਂ ਵੱਧ ਗਏ ਕਿ ਜਿਹੜੀ ਜ਼ਮੀਨ ਬੰਜਰ ਸੀ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉਪਜਾਊ ਬਣਾਇਆ ਗਿਆ, ਜਿੱਦਾਂ ਕਿ ਬਹੁਤ ਵਧੀਆ ਤਰੀਕੇ ਨਾਲ ਨਹਿਰਾਂ ਦੀ ਖੁਦਾਈ ਕੀਤੀ ਗਈ, ਬਹੁਤ ਸਾਰੀਆਂ ਨਵੀਆਂ ਨਹਿਰਾਂ ਕੱਢੀਆਂ ਗਈਆਂ, ਡੈਮ ਬਹੁਤ ਸਾਰੇ ਵਧੀਆ ਤਰੀਕੇ ਨਾਲ ਬਣਾਏ ਗਏ ਤਾਂ ਜੋ ਉਹ ਬੰਜਰ ਜ਼ਮੀਨਾਂ ਨੂੰ ਵਧੀਆ ਤਰੀਕੇ ਨਾਲ ਪਾਣੀ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਦਸਤਕਾਰੀ ਨੂੰ ਬਹੁਤ ਸਾਰਾ ਵਧੀਆ ਹੁੰਗਾਰਾ ਮਿਲਿਆ। ਦਸਤਕਾਰੀ ਤੋਂ ਬਿਨਾਂ ਬਹੁਤ ਸਾਰੇ ਵੱਡੇ ਕਾਰਖਾਨੇ ਅਤੇ ਉਦਯੋਗਾਂ ਦੀ ਸਥਾਪਨਾ ਕੀਤੀ ਗਈ ਤਾਂ ਜੋ ਭਾਰਤ ਦੇਸ਼ ਨੂੰ ਵਧੀਆ ਤਰੀਕੇ ਨਾਲ ਜਿਹੜੀ ਆਮਦਨ ਹੈ ਉਹ ਵਧੀਆ ਤਰੀਕੇ ਨਾਲ ਅੱਗੇ ਵੱਧ ਸਕੇ। ਇਸ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਕਦਮ ਸਰਕਾਰਾਂ ਵੱਲੋਂ ਸਮੇਂ-ਸਮੇਂ ਦੇ ਉਠਾਏ ਗਏ ਸਨ, ਅਤੇ ਜਦੋਂ ਇਸ ਤਰ੍ਹਾਂ ਕਦਮ ਵਧੀਆ ਤਰੀਕੇ ਨਾਲ ਉਠਾਏ ਗਏ ਤਾਂ ਜਿਹੜਾ ਆਰਥਿਕ ਵਿਕਾਸ ਹੈ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਣਾ ਸ਼ੁਰੂ ਹੋ ਗਿਆ। ਜੇਕਰ ਆਰਥਿਕ ਵਿਕਾਸ ਵਧੀਆ ਤਰੀਕੇ ਨਾਲ ਅੱਗੇ ਵਧਿਆ, ਅਤੇ ਨਾਲ ਦੀ ਨਾਲ ਆਪਾਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ ਕਲਾਸ ਵਿੱਚ ਕਿ ਜੇਕਰ ਕਿਸੇ ਵੀ ਚੀਜ਼ ਦੇ ਚੰਗੇ ਪੱਖ ਦੇਖਣ ਨੂੰ ਮਿਲਦੇ ਹਨ, ਤਾਂ ਉਸ ਚੀਜ਼ ਦੇ ਨਾਲ ਦੀ ਨਾਲ ਬੁਰੇ ਪੱਖ ਵੀ ਬਹੁਤ ਸਾਰੇ ਦੇਖਣ ਨੂੰ ਮਿਲਦੇ ਹਨ। ਜੇਕਰ ਆਰਥਿਕ ਵਿਕਾਸ ਨਾਲ ਚੰਗੇ ਪੱਖ ਹੀ ਦੇਖਣ ਨੂੰ ਮਿਲੇ ਕਿ ਉਹ ਜਿਹੜੀ ਭਾਰਤ ਦੇਸ਼ ਦੀ ਆਮਦਨ ਆ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਣੀ ਸ਼ੁਰੂ ਹੋ ਗਈ, ਤਾਂ ਮਾੜੇ ਪੱਖ ਇਹ ਦੇਖਣ ਨੂੰ ਸਾਹਮਣੇ ਆਏ ਕਿ ਜਿਹੜਾ ਇਨਵਾਇਰਮੈਂਟ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ, ਕਿਉਂਕਿ ਆਰਥਿਕ ਵਿਕਾਸ ਆਉਣ ਨਾਲ ਜਿਹੜਾ ਇਨਵਾਇਰਮੈਂਟ 'ਤੇ ਬਹੁਤ ਹੀ ਜ਼ਿਆਦਾ ਬੁਰੇ ਪ੍ਰਭਾਵ ਦੇਖਣ ਨੂੰ ਮਿਲੇ। ਹੁਣ ਆਪਾਂ ਇਹ ਦੇਖਾਂਗੇ ਕਿ ਆਰਥਿਕ ਵਿਕਾਸ ਨਾਲ ਬੁਰੇ ਪ੍ਰਭਾਵ ਕਿਸ ਤਰ੍ਹਾਂ ਪੈ ਵਾਤਾਵਰਣ ਉੱਪਰ ਬੁਰੇ ਪ੍ਰਭਾਵ ਕਿ ਆਰਥਿਕ ਵਿਕਾਸ ਜਿਵੇਂ ਜਿਵੇਂ ਵੱਧ ਰਿਹਾ ਸੀ ਉਸ ਦਾ ਵਾਤਾਵਰਣ ਉੱਪਰ ਬੁਰੇ ਪ੍ਰਭਾਵ ਕਿਸ ਤਰ੍ਹਾਂ ਪਏ। ਨੰਬਰ 1, ਵਿਸ਼ਵੀਕਰਨ ਕਾਰਨ। ਆਰਥਿਕ ਵਿਕਾਸ ਨੂੰ ਮੱਦੇਨਜ਼ਰ ਦੇਖਦੇ ਹੋਏ ਜਿਹੜਾ ਵਿਸ਼ਵੀਕਰਨ ਸ਼ੁਰੂ ਕੀਤਾ ਗਿਆ, ਵਿਸ਼ਵੀਕਰਨ ਦਾ ਅਰਥ ਹੁੰਦਾ ਕਿ ਇੱਕ ਦੇਸ਼ ਤੋਂ ਲੈ ਕੇ ਦੂਸਰੇ ਦੇਸ਼ ਤੱਕ ਵਸਤੂਆਂ ਦਾ ਆਦਾਨ ਪ੍ਰਦਾਨ ਜਾਂ ਵਪਾਰ ਕਰਨਾ ਹੁੰਦਾ। ਇਹ ਦੇਖਿਆ ਗਿਆ ਕਿ ਜਦੋਂ ਭਾਰਤ ਦੇਸ਼ ਨੇ ਕੱਚਾ ਮਾਲ ਬਾਹਰਲੇ ਦੇਸ਼ਾਂ ਤੋਂ ਲਿਆ ਕੇ ਭਾਰਤ ਵਿੱਚ ਉਸ ਨੂੰ ਵਧੀਆ ਤਰੀਕੇ ਨਾਲ ਪਕਾ ਗਈ, ਤਾਂ ਜਦੋਂ ਬਾਹਰਲੇ ਦੇਸ਼ਾਂ ਨੂੰ ਵੇਚਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੀ ਆਮਦਨ ਵਿੱਚ ਵਾਧਾ ਮਿਲਣਾ ਸ਼ੁਰੂ ਹੋ ਗਿਆ। ਜਦੋਂ ਆਮਦਨ ਵਿੱਚ ਵਾਧਾ ਮਿਲਣਾ ਸ਼ੁਰੂ ਹੋ ਗਿਆ ਤਾਂ ਭਾਰਤੀਆਂ ਨੇ ਇਹ ਸੋਚਿਆ ਕਿ ਵੱਧ ਤੋਂ ਵੱਧ ਜਿਹੜੇ ਉਦਯੋਗ ਅਤੇ ਕਾਰਖਾਨੇ ਲਗਾਉਣੇ ਸਾਡੇ ਲਈ ਬਹੁਤ ਹੀ ਫਾਇਦੇ ਵਾਲੀ ਗੱਲ ਹੈ, ਤਾਂ ਜਦੋਂ ਬਹੁਤ ਸਾਰੇ ਕਾਰਖਾਨੇ ਅਤੇ ਉਦਯੋਗ ਲੱਗਣੇ ਸ਼ੁਰੂ ਹੋ ਗਏ ਤਾਂ ਜਿਹੜਾ ਵਿਸ਼ਵੀਕਰਨ ਉਸ ਨੂੰ ਹੁੰਗਾਰਾ ਹੋਰ ਵੀ ਬਹੁਤ ਸਾਰਾ ਮਿਲਣਾ ਸ਼ੁਰੂ ਹੋ ਗਿਆ। ਤਾਂ ਜਿਸ ਤਰ੍ਹਾਂ ਵਿਸ਼ਵੀਕਰਨ ਸ਼ੁਰੂ ਕੀਤਾ ਗਿਆ ਤਾਂ ਜਿਹੜਾ ਆਪਣੇ ਇਨਵਾਇਰਮੈਂਟ 'ਤੇ ਬਹੁਤ ਸਾਰਾ ਇਸਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਣੇ ਸ਼ੁਰੂ ਹੋ ਗਏ। ਨੰਬਰ 2, ਉਦਾਰੀਕਰਨ ਕਾਰਨ। ਉਦਾਰੀਕਰਨ ਦਾ
ਕਾਰਨ ਵੀ ਜਿਹੜਾ ਵਾਤਾਵਰਨ ਉੱਪਰ ਬਹੁਤ ਸਾਰੇ ਬੁਰੇ ਪ੍ਰਭਾਵ ਦੇਖਣ ਨੂੰ ਮਿਲੇ। ਉਦਾਰੀਕਰਨ ਦਾ ਅਰਥ ਹੁੰਦਾ ਹੈ ਕਿ ਜੋ ਉਦਯੋਗ ਅਤੇ ਕਾਰਖਾਨੇ ਲਗਾਏ ਗਏ ਸਨ ਉਹਨਾਂ ਕਾਰਖਾਨਿਆਂ ਜਾਂ ਉਦਯੋਗਾਂ ਉੱਪਰ ਜਿਹੜਾ ਟੈਕਸ ਲਗਾਇਆ ਜਾਂਦਾ ਸੀ ਸਰਕਾਰ ਵੱਲੋਂ ਉਹ ਟੈਕਸ ਨੂੰ ਬਿਲਕੁਲ ਹੀ ਮੁਕਤ ਕਰ ਦਿੱਤਾ ਗਿਆ ਕਿ ਕਿਸੇ ਤਰ੍ਹਾਂ ਵੀ ਕਾਰਖਾਨਿਆਂ ਜਾਂ ਉਦਯੋਗਾਂ ਤੋਂ ਜਿਹੜਾ ਟੈਕਸ ਬਿਲਕੁਲ ਵੀ ਨਹੀਂ ਲਾਇਆ ਜਾਏਗਾ। ਜੇਕਰ ਉਹ ਕਾਰਖਾਨਿਆਂ ਤੋਂ ਟੈਕਸ ਨਹੀਂ ਲਿਆ ਗਿਆ ਤਾਂ ਜਿਹੜੇ ਵੱਡੇ ਵੱਡੇ ਉਦਯੋਗਪਤੀ ਸਨ ਜਾਂ ਵੱਡੀਆਂ ਵੱਡੀਆਂ ਕੰਪਨੀਆਂ ਸਨ ਉਹਨਾਂ ਨੇ ਹੋਰ ਬਹੁਤ ਸਾਰੇ ਕਾਰਖਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਜਿਸ ਕਾਰਨ ਬਹੁਤ ਸਾਰੀ ਵੱਡੀ ਗਿਣਤੀ ਵਿੱਚ ਕਾਰਖਾਨੇ ਲੱਗਣੇ ਸ਼ੁਰੂ ਹੋ ਗਏ ਤਾਂ ਜਿਹੜਾ ਉਦਯੋਗੀਕਰਨ ਉਹ ਬਹੁਤ ਜ਼ਿਆਦਾ ਹੋਰ ਵੀ ਵਧਣਾ ਸ਼ੁਰੂ ਹੋ ਗਿਆ ਅਤੇ ਇਸ ਕਰਕੇ ਇਸ ਦਾ ਵੀ ਵਾਤਾਵਰਨ ਉੱਪਰ ਬਹੁਤ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ। ਨੰਬਰ 3 ਉਦਯੋਗਾਂ ਦੀ ਸਥਾਪਨਾ। ਲਘੂ ਉਦਯੋਗਾਂ ਤੋਂ ਲੈ ਕੇ ਵੱਡੇ ਵੱਡੇ ਕਾਰਖਾਨੇ ਲੱਗਣੇ ਬਹੁਤ ਸਾਰੇ ਸ਼ੁਰੂ ਹੋ ਗਏ ਕਿਉਂਕਿ ਆਰਥਿਕ ਵਿਕਾਸ ਨੂੰ ਦੇਖਿਆ ਗਿਆ ਕਿ ਜਿਹੜਾ ਭਾਰਤ ਦੇਸ਼ ਦਾ ਆਰਥਿਕ ਵਿਕਾਸ ਹੈ ਬਹੁਤ ਵਧੀਆ ਤਰੀਕੇ ਨਾਲ ਆਪਣੀਆਂ ਲੀਹਾਂ 'ਤੇ ਜਾ ਰਿਹਾ ਤਾਂ ਬਹੁਤ ਵੱਡੀ ਗਿਣਤੀ ਵਿੱਚ ਉਦਯੋਗ ਅਤੇ ਕਾਰਖਾਨੇ ਲੱਗਣੇ ਸ਼ੁਰੂ ਹੋ ਗਏ। ਜਿਸ ਸਮੇਂ ਵੱਡੇ ਕਾਰਖਾਨੇ ਅਤੇ ਉਦਯੋਗ ਬਹੁਤ ਵੱਡੀ ਗਿਣਤੀ ਵਿੱਚ ਲੱਗ ਗਏ ਤਾਂ ਜਿਹੜਾ ਉਹ ਕਾਰਖਾਨਿਆਂ ਜਾਂ ਉਦਯੋਗਾਂ ਵਿੱਚੋਂ ਧੂੰਆਂ ਨਿਕਲਦਾ ਸੀ ਉਹ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਸਾਬਤ ਹੋਇਆ ਤਾਂ ਜਿਹੜਾ ਉਸਨੇ ਇਨਵਾਇਰਮੈਂਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਵੀ ਸ਼ੁਰੂ ਕਰ ਦਿੱਤਾ। ਆਰਥਿਕ ਵਿਕਾਸ ਦੇ ਫਾਇਦੇ ਦੇ ਨਾਲ ਨਾਲ ਜਿਹੜਾ ਉਸਦਾ ਨੁਕਸਾਨ ਵੀ ਹੋਇਆ ਕਿ ਜੋ ਧੂੰਆਂ ਨਿਕਲਦਾ ਸੀ ਮਨੁੱਖੀ ਸਿਹਤ ਲਈ ਬਿਲਕੁਲ ਹੀ ਹਾਨੀਕਾਰਕ ਸਾਬਤ ਹੁੰਦਾ ਸੀ। ਨੰਬਰ 4 ਦਰੱਖਤਾਂ ਦੀ ਕਟਾਈ। ਆਰਥਿਕ ਵਿਕਾਸ ਨੂੰ ਮੱਦੇਨਜ਼ਰ ਦੇਖਦੇ ਹੋਏ ਜਿਹੜਾ ਇਨਵਾਇਰਮੈਂਟ 'ਤੇ ਸਭ ਤੋਂ ਬੁਰਾ ਪ੍ਰਭਾਵ ਪਿਆ ਉਹ ਸੀ ਦਰੱਖਤਾਂ ਦੀ ਕਟਾਈ। ਜਿੱਦਾਂ ਕਿ ਇੱਕ ਰੋਡ ਬਣਾਉਣ ਦੇ ਲਈ ਜੋ ਉਹਨਾਂ ਦੇ ਸਾਈਡਾਂ 'ਤੇ ਦਰੱਖਤ ਲੱਗੇ ਹੁੰਦੇ ਹਨ ਉਹਨਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਸਮੇਂ ਵੱਡੀ ਗਿਣਤੀ ਵਿੱਚ ਕਟਾਈ ਸ਼ੁਰੂ ਹੋਣੀ ਸ਼ੁਰੂ ਹੋ ਗਈ ਤਾਂ ਜਿਹੜਾ ਆਪਣਾ ਇਨਵਾਇਰਮੈਂਟ ਹੈ ਹੋਰ ਵੀ ਬਹੁਤ ਤਰੀਕੇ ਨਾਲ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਕੰਪਨੀਆਂ ਵਿੱਚ ਜਾਂ ਉਦਯੋਗਾਂ ਵਿੱਚ ਵੱਡੀ ਗਿਣਤੀ ਵਿੱਚ ਗੱਤਾ ਬਣਨਾ ਵੀ ਸ਼ੁਰੂ ਹੋ ਗਿਆ। ਉਹ ਗੱਤੇ ਬਣਨ ਦੇ ਲਈ ਦਰੱਖਤਾਂ ਦੀ ਲੋੜ ਸੀ ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਦਰੱਖਤਾਂ ਦੀ ਕਟਾਈ ਵੀ ਸ਼ੁਰੂ ਕੀਤੀ ਗਈ ਤਾਂ ਜਿਹੜਾ ਇਨਵਾਇਰਮੈਂਟ 'ਤੇ ਉਸਦਾ ਵੀ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ। ਵਾਤਾਵਰਨ ਉੱਪਰ ਬੁਰੇ ਪ੍ਰਭਾਵ ਦਾ ਲਾਸਟ ਪੁਆਇੰਟ ਪਲਾਸਟਿਕ ਦੀ ਵਰਤੋਂ। ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਪਲਾਸਟਿਕ ਦੀਆਂ ਫੈਕਟਰੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਹ ਵੱਡੀ ਗਿਣਤੀ ਵਿੱਚ ਉਸ ਫੈਕਟਰੀ ਵਿੱਚ ਪਲਾਸਟਿਕ ਬਣਾਇਆ ਜਾਂਦਾ ਸੀ ਤਾਂ ਜੋ ਪਲਾਸਟਿਕ ਸਹੀ ਤਰੀਕੇ ਨਾਲ ਨਹੀਂ ਬਣਦਾ ਸੀ ਉਸ ਪਲਾਸਟਿਕ ਨੂੰ ਅੱਗ ਦੇ ਰਾਹੀਂ ਜਲਾ ਦਿੱਤਾ ਜਾਂਦਾ ਸੀ। ਜਦੋਂ ਪਲਾਸਟਿਕ ਸੜ ਕੇ ਉਹਨਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਉੱਪਰ ਜਾਂਦਾ ਸੀ ਤਾਂ ਉਸਨੇ ਇਨਵਾਇਰਮੈਂਟ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਜਦੋਂ ਉਹ ਇਨਵਾਇਰਮੈਂਟ ਦੇ ਉੱਪਰ ਧੂੰਆਂ ਜਾਂਦਾ ਤਾਂ ਜੋ ਉਹਨਾਂ ਵਿੱਚੋਂ ਹਵਾ ਚੱਲਦੀ ਸੀ ਉਸਨੇ ਮਨੁੱਖੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਇਹ ਵੀ ਜੋ ਪਲਾਸਟਿਕ ਦੀ ਵਰਤੋਂ ਫੈਕਟਰੀਆਂ ਵਿੱਚ ਹੋਣ ਲੱਗ ਪਈ ਆਰਥਿਕ ਵਿਕਾਸ ਦੇ ਕਾਰਨ ਇਸ ਦਾ ਵੀ ਬਹੁਤ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ। ਇਹ ਸੀ ਕਿ ਆਰਥਿਕ ਵਿਕਾਸ ਦੇ ਨਾਲ ਨਾਲ ਵਾਤਾਵਰਨ ਉੱਪਰ ਕੀ ਬੁਰੇ ਪ੍ਰਭਾਵ ਪਏ ਸਨ। ਥੈਂਕ ਯੂ।